ਹਾਂ ਜੀ, ਸਤਿ ਸ੍ਰੀ ਅਕਾਲ ਜੀ। ਅੱਜ ਲੈ ਕੇ ਮੈਂ ਤੁਹਾਡੇ ਲਈ ਜੀ ਬੇਸਣ ਵਾਲੇ ਲੱਡੂ ਦੀ ਰੈਸਪੀ। ਸੇਮ ਹਲਵਾਈ ਦੀ ਤਰ੍ਹਾਂ ਆਪਾਂ ਘਰ ਦੇ ਵਿੱਚ ਕਿਵੇਂ ਬਣਾ ਸਕਦੇ ਹਾਂ, ਅਤੇ ਬੇਸਣ ਵਾਲੇ ਲੱਡੂ ਬਣਾਉਣ ਦੇ ਲਈ ਆਪਾਂ ਨੂੰ ਕਿਹੜੇ ਕਿਹੜੇ ਸਮਾਨ ਦੀ ਜ਼ਰੂਰਤ ਆ, ਅਤੇ ਕਿਵੇਂ ਬਣਦਾ, ਅਤੇ ਲੋਹਰ ਬਣਾਉਣਾ ਕਰਦੇ ਹਾਂ ਸ਼ੁਰੂ। ਜਿਹੜੇ ਆਏ ਮੇਰੇ ਚੈਨਲ ਦੇ ਨਵੇਂ, ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। 1/4 ਕੱਪ ਘਿਓ, ਤਾਂ ਘਿਓ ਆ ਜਿਹੜਾ ਜੀ ਆਪਾਂ ਚਮਚ ਦੇ ਵਿੱਚ 3 ਆਪਣੇ ਕੋਲ, ਤਾਂ ਕੱਪ ਦੇ ਵਿੱਚ ਜੀ 1/4 ਕੱਪ, ਤਾਂ 2 ਕੱਪ ਲਿਆ ਜੀ ਬੇਸਣ। ਤਾਂ ਬੇਸਣ ਨੂੰ ਜਿਹੜਾ ਜੀ ਆਪਾਂ ਘਿਓ ਦੇ ਨਾਲ ਭੁੰਨਦੇ ਰਹਾਂਗੇ, 15 ਤੋਂ 20 ਮਿੰਟ ਦੇ ਲਈ ਆਪਾਂ ਨੂੰ ਭੁੰਨਣਾ ਪੈਣਾ। ਤਾਂ ਗੈਸ ਦਾ ਟੈਂਪਰੇਚਰ ਆ ਜਿਹੜਾ ਜੀ ਤੁਸੀਂ ਲੋ ਹੀ ਰੱਖਣਾ, ਤਾਂ ਲੋ ਟੈਂਪਰੇਚਰ 'ਤੇ ਆਪਾਂ ਬੇਸਣ ਨੂੰ ਭੁੰਨਣਾ। ਤਾਂ 15 ਤੋਂ 20 ਮਿੰਟ ਦੇ ਲਈ ਜੀ ਆਪਾਂ ਬੇਸਣ ਨੂੰ ਭੁੰਨਦੇ ਰਹਿਣਾ। ਜਿਵੇਂ ਜਿਵੇਂ ਆਪਾਂ ਨੂੰ ਘਿਓ ਦੀ ਲੋੜ ਪਊਗੀ, ਉਵੇਂ ਉਵੇਂ ਆਪਾਂ ਘਿਓ ਨਾਲ ਪਾਉਂਦੇ ਜਾਵਾਂਗੇ। ਇੱਕੇ ਵਾਰੀ ਨਹੀਂ ਤੁਸੀਂ ਘਿਓ ਆ ਜਿਹੜਾ ਜੀ ਜ਼ਿਆਦਾ ਪਾਉਣਾ, ਜੇਕਰ ਘਿਓ ਆਪਣਾ ਬਾਅਦ ਦੇ ਵਿੱਚ ਜ਼ਿਆਦਾ ਹੋ ਗਿਆ ਤਾਂ ਲੱਡੂ ਆ ਜਿਹੜੇ ਜੀ ਆਪਣੇ ਤੋਂ ਸਹੀ ਨਹੀਂ ਬਣਨੇਗੇ। ਤਾਂ ਲੋੜ ਅਨੁਸਾਰ ਹੀ ਆ ਘਿਓ ਜਿਹੜਾ ਆਪਾਂ ਪਾਉਂਦਾ। ਤਾਂ ਡਲੀਆਂ ਜਿਹੜੀਆਂ ਤੁਸੀਂ ਆ ਬੇਸਣ ਦੀਆਂ ਨਾਲ ਨਾਲ ਫੇਂਦੇ ਰਹਿਣਾ ਇਸ ਤਰ੍ਹਾਂ। ਤਾਂ ਗੈਸ ਦਾ ਟੈਂਪਰੇਚਰ ਆ ਬਿਲਕੁਲ ਲੋ ਹੋਣਾ ਚਾਹੀਦਾ ਤੁਹਾਡਾ, ਲੋ ਟੈਂਪਰੇਚਰ 'ਤੇ ਆਪਾਂ ਬੇਸਣ ਨੂੰ ਭੁੰਨਣਾ। ਬੇਸਣ ਆ ਜਿਹੜਾ ਜੀ ਆਪਣਾ ਜਲਣਾ ਨਹੀਂ ਚਾਹੀਦਾ, ਨਹੀਂ ਤਾਂ ਲੱਡੂ ਖਾਣ ਦੇ ਵਿੱਚ ਕੌੜੇ ਹੋ ਜਾਣਗੇ। ਬੇਸਣ ਲੱਡੂ ਬਣਾਉਣ ਦੇ ਲਈ ਆਪਾਂ ਨੂੰ ਇਕੱਲਾ ਬੇਸਣ ਭੁੰਨਣ 'ਤੇ ਟਾਈਮ ਲੱਗਣਾ। ਤਾਂ ਬੇਸਣ ਨੂੰ ਆ ਜਿਹੜਾ ਜੀ ਨਾਲ ਨਾਲ ਹਿਲਾਉਂਦੇ ਰਹਿਣਾ ਤੁਸੀਂ। ਬੇਸਣ ਆ ਜਿਹੜਾ ਜੀ ਆਪਣਾ ਜਲਣਾ ਨਹੀਂ ਚਾਹੀਦਾ ਹੈਗਾ। ਤਾਂ ਜਿੰਨੀ ਦੇਰ ਇਹਦੇ ਵਿੱਚੋਂ ਆਪਾਂ ਨੂੰ ਸੋਹਣੀ ਜਿਹੀ ਸਮੈਲ ਨਹੀਂ ਆਉਣੀ ਸ਼ੁਰੂ ਹੁੰਦੀ ਹੈ, ਉਨੀ ਦੇਰ ਆਪਾਂ ਇਹਦੇ ਵਿੱਚ ਘਿਓ ਹੋਰ ਬਾਕੀ ਦਾ ਨਹੀਂ ਪਾਉਣਾ ਹੈਗਾ। ਜਿੰਨਾ ਘਿਓ ਆਪਾਂ ਪਹਿਲਾਂ ਪਾਇਆ ਇੰਨਾ ਘਿਓ ਹੀ ਆਪਣਾ ਅਜੇ ਬਾਅਦ ਦੇ ਵਿੱਚ ਪੈਣਾ, ਪਰ ਉਹ ਆਪਣਾ ਚਮਚਿਆਂ ਦੇ ਨਾਲ ਪੈਣਾ ਥੋੜ੍ਹਾ ਥੋੜ੍ਹਾ ਕਰਕੇ। ਤਾਂ ਲਓ ਜੀ, 8 ਮਿੰਟ ਹੋ ਚੁੱਕੇ ਆਪਾਂ ਨੂੰ ਬੇਸਣ ਭੁੰਨਦੇ ਹੋਏ ਹਾਂ। ਤਾਂ 1 ਚਮਚ ਘਿਓ ਦਾ ਜਿਹੜਾ ਜੀ ਆਪਾਂ ਹੋਰ ਐਡ ਕਰ ਲਾਂਗੇ। ਜਿਵੇਂ ਜਿਵੇਂ ਆਪਣਾ ਬੇਸਣ ਭੁੱਜਦਾ ਜਾਊਗਾ ਉਵੇਂ ਉਵੇਂ ਘਿਓ ਆ ਜਿਹੜਾ ਰਿਲੀਜ਼ ਕਰਦਾ ਜਾਊਗਾ। ਇਸੇ ਕਰਕੇ ਆਪਾਂ ਜਿਹੜਾ ਜੀ ਘਿਓ ਪਹਿਲਾਂ ਨਹੀਂ ਪਾਉਣਾ ਸਾਰਾ ਇੱਕ ਵਾਰੀ, ਕਿਉਂਕਿ ਫਿਰ ਬਾਅਦ ਦੇ ਵਿੱਚ ਪਤਾ ਨਹੀਂ ਲੱਗਣਾ ਵੀ ਕਿੰਨਾ ਘਿਓ ਆਪਾਂ ਨੂੰ ਚਾਹੀਦਾ। ਤਾਂ ਜੇਕਰ ਆਪਣਾ ਘਿਓ ਜ਼ਿਆਦਾ ਹੋਇਆ ਤਾਂ ਬਾਅਦ 'ਚ ਜ਼ਿਆਦਾ ਰਿਲੀਜ਼ ਕਰ ਜਾਣਾ ਬੇਸਣ ਨੇ, ਤਾਂ ਲੱਡੂ ਆ ਜਿਹੜੇ ਉਹ ਸਹੀ ਨਹੀਂ ਬਣਨੇਗੇ। ਵੱਟਣ ਦੇ ਵਿੱਚ ਲੱਡੂ ਆ ਜਿਹੜੇ ਖਰਾਬ ਹੋ ਜਾਣੇ ਆ, ਟੁੱਟਦੇ ਜਾਣਗੇ ਲੱਡੂ ਜਿਵੇਂ ਜਿਵੇਂ ਆਪਾਂ ਵੱਟਾਂਗੇ। ਲਓ ਜੀ, 1 ਚਮਚ ਘਿਓ ਦਾ ਆਪਾਂ ਹੋਰ ਪਾ ਲਓ। ਤਾਂ 1/4 ਕੱਪ ਘਿਓ ਆਪਾਂ ਜਿਹੜਾ ਜੀ ਪਹਿਲਾਂ ਪਾਇਆ ਸੀਗਾ, ਤਾਂ 2 ਚਮਚ ਜਿਹੜੇ ਆਪਣੇ ਬਾਅਦ ਦੇ ਵਿੱਚ ਹੋ ਗਏ, ਟੋਟਲ ਆਪਣੇ 5 ਚਮਚ ਘਿਓ ਪਿਆ। ਤਾਂ ਲਓ ਜੀ, ਦੇਖ ਸਕਦੇ ਹੋ ਕਿੰਨੀ ਪਤਲੀ ਪੇਸਟ ਬਣ ਚੁੱਕੀ ਹੈ। ਤਾਂ ਜੇਕਰ ਘਿਓ ਆਪਣਾ ਜ਼ਿਆਦਾ ਪਹਿਲਾਂ ਹੀ ਪਾ ਲੈਂਦੇ ਆਪਾਂ, ਤਾਂ ਇਸ ਤੋਂ ਵੀ ਇਹਨੇ ਪਤਲਾ ਬਣ ਜਾਣਾ ਸੀਗਾ। ਤਾਂ ਜਿੰਨੀ ਦੇਰ ਇਹਦੇ ਵਿੱਚ ਸੋਹਣੀ ਜਿਹੀ ਸਮੈਲਣਾ ਆਉਣੀ ਸ਼ੁਰੂ ਹੋਵੇ, ਉਨੀ ਦੇਰ ਆਪਾਂ ਬੇਸਣ ਨੂੰ ਭੁੰਨਣਾ। ਤਾਂ ਬੇਸਣ ਭੁੰਨਣ ਲੱਗੇ ਤੁਸੀਂ ਕਾਹਲ ਨਹੀਂ ਕਰਨੀ, ਟੋਟਲ ਆਪਾਂ ਨੂੰ 15 ਤੋਂ 20 ਮਿੰਟ ਲੱਗਣੇ ਆ ਬੇਸਣ ਭੁੰਨਣ 'ਤੇ। ਤਾਂ ਲਓ ਜੀ, ਬੇਸਣ ਆ ਜਿਹੜਾ ਆਪਣਾ ਭੁੱਜ ਚੁੱਕਿਆ, ਤਾਂ ਟੋਟਲ 20 ਮਿੰਟ ਲੱਗੇ ਆਪਾਂ ਨੂੰ ਬੇਸਣ ਭੁੰਨਣ 'ਤੇ। ਤਾਂ ਲਓ ਜੀ, ਗੈਸ ਕਰ ਦਿੰਦੇ ਬੰਦ।
ਤਾਂ ਹਿਲਾਉਂਦੇ ਰਹਿਣਾ ਤੁਸੀਂ ਬਾਅਦ ਦੇ ਵਿੱਚ ਵੀ ਗੈਸ ਬੰਦ ਕਰਨ ਤੋਂ ਬਾਅਦ ਬੇਸਣ ਆ ਜਿਹੜਾ ਆਪਣਾ ਜਲੇ ਨਾ, ਕਿਉਂਕਿ ਪੈਨ ਆ ਜਿਹੜਾ ਆਪਣਾ ਜੇ ਗਰਮ ਆ। ਦੋਲੀਆਂ ਹੀ ਆਪਾਂ ਲੈਚੀਆਂ ਅਤੇ ਲੈਚੀਆਂ ਨੂੰ ਜਿਹੜਾ ਜੀ ਖੁੱਲ੍ਹ ਕੇ ਪਾਉਣਾ, ਤਾਂ ਲੈਚੀਆਂ ਆਪਾਂ ਪਹਿਲਾਂ ਤਾਂ ਨਹੀਂ ਪਾਈਆਂ, ਨਹੀਂ ਤਾਂ ਨਾਲ ਆ ਜਿਹੜੀਆਂ ਬੇਸਣ ਦੇ ਵਿੱਚ ਜਲ ਜਾਣੀਆਂ ਸੀਗੀਆਂ। ਅਤੇ ਇਸ ਟਾਈਮ ਆ ਜਿਹੜਾ ਲੈਚੀਆਂ ਨੂੰ ਪਾ ਕੇ ਤੁਸੀਂ ਬੇਸਣ ਨੂੰ ਹਿਲਾ ਦੇਣਾ। ਤਾਂ ਲਓ ਜੀ, ਬੇਸਣ ਨੂੰ ਆਪਾਂ 5 ਤੋਂ 7 ਮਿੰਟ ਦੇ ਲਈ ਠੰਡੇ ਹੋਣ ਲਈ ਰੱਖ ਦਿੰਦੇ ਹਾਂ। ਤਾਂ ਲਓ ਜੀ, ਬੇਸਣ ਆਪਣੇ ਨੂੰ ਪਏ ਨੂੰ 5 ਤੋਂ 7 ਮਿੰਟ ਹੋ ਚੁੱਕੇ ਆ। ਤਾਂ ਬੇਸਣ ਆ ਜਿਹੜਾ ਠੰਡਾ ਹੋ ਚੁੱਕਿਆ, ਹੱਥ ਲੱਗਦਾ ਜਾਣਾ ਚਾਹੀਦਾ ਆਪਣੇ ਬੇਸਣ ਨੂੰ। ਤਾਂ ਹੁਣ ਪਾਵਾਂਗੇ ਆਪਾਂ ਬੂਰਾ ਖੰਡ। ਜਾਂ ਤਾਂ ਫਿਰ ਤੁਸੀਂ ਬਾਜ਼ਾਰ ਵਾਲੀ ਬੂਰਾ ਖੰਡ ਹੀ ਪਾਉਣੀ ਹੈ, ਅਤੇ ਜੇਕਰ ਘਰੇ ਖੰਡ ਪੀਸ ਕੇ ਪਾਉਣੀ ਹੈ ਤਾਂ ਉਹਨੂੰ ਤੁਸੀਂ ਦਰਦਰਾ ਜਿਹਾ ਪੀਸਣਾ, ਅਤੇ ਦਰਦਰਾ ਜਿਹਾ ਟੇਸਟ ਆਉਂਦਾ ਹੁੰਦਾ ਬਾਜ਼ਾਰ ਵਾਲੇ ਬੇਸਣ ਲੱਡੂ ਦੇ ਵਿੱਚ। ਤਾਂ ਚੀਨੀ ਨੂੰ ਨਾ ਜਿਹੜਾ ਜੀ ਆਪਾਂ ਮਿਕਸ ਕਰ ਦਿੰਦੇ ਹਾਂ ਇਸ ਤਰ੍ਹਾਂ, ਤਾਂ ਡਲੀਆਂ ਨਹੀਂ ਬਣਨੀਆਂ ਚਾਹੀਦੀਆਂ ਆਪਣੀਆਂ। ਤਾਂ ਲਓ ਜੀ, ਬੂਰਾ ਖੰਡ ਆ ਜਿਹੜੀ ਆਪਣੀ ਮਿਕਸ ਹੋ ਚੁੱਕੀ ਹੈ। ਲਓ ਜੀ, ਲੱਡੂ ਬਣਾਉਣੇ ਕਰਦੇ ਹਾਂ ਸ਼ੁਰੂ। ਤਾਂ ਲਓ ਜੀ, ਇਸ ਤਰ੍ਹਾਂ ਜਿਹੜੇ ਲੱਡੂ ਆ ਤੁਸੀਂ ਬਣਾ ਲੈਣੇ। ਲਓ ਜੀ, ਲੱਡੂ ਆ ਜਿਹੜੇ ਆਪਣੇ ਸਾਰੇ ਬਣ ਚੁੱਕੇ ਆ। ਲਓ ਜੀ, ਲੱਡੂ ਤਿਆਰ ਆ, ਅਤੇ ਉੱਪਰ ਤੋਂ ਲਾ ਦਾਂਗੇ ਗ੍ਰੀਨ ਪਿਸਤਾ। ਹਾਂਜੀ, ਕਰੋ ਲੁੱਕ ਚੈੱਕ ਜੀ, ਬਣਿਆ ਹਲਵਾਈ ਦੀ ਤਰ੍ਹਾਂ ਬੇਸਣ ਲੱਡੂ। ਤਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਟਰਾਈ ਜ਼ਰੂਰ ਕਰਨਾ ਮੇਰੀ ਇਸ ਰੈਸਪੀ ਨੂੰ, ਅਤੇ ਕਮੈਂਟ ਦੇ ਵਿੱਚ ਦੱਸਣਾ ਵੀ ਤੁਹਾਡਾ ਤੋਂ ਕਿੱਦਾਂ ਬਣੇ। ਤਾਂ ਜੇਕਰ ਤੁਹਾਨੂੰ ਮੇਰੇ ਬੇਸਣ ਲੱਡੂ ਦੀ ਰੈਸਪੀ ਆਈ ਹੈ ਪਸੰਦ, ਤਾਂ ਫਿਰ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਅਤੇ ਬੈੱਲ ਆਈਕਨ ਨੂੰ ਕਰ ਦੇਣਾ ਪ੍ਰੈਸ, ਤਾਂ ਜੋ ਤੁਹਾਡੇ ਤੱਕ ਅਗਲੀ ਰੈਸਪੀ ਦੀ ਵੀਡੀਓ ਜਲਦ ਤੋਂ ਜਲਦ ਪਹੁੰਚ ਸਕੇ। ਲਓ ਜੀ, ਫਿਰ ਮਿਲਦੇ ਹਾਂ ਕਿਸੇ ਅਗਲੀ ਰੈਸਪੀ ਦੇ ਨਾਲ। ਵੀਡੀਓ ਵੇਖਣ ਲਈ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।